ਨਰਮਲ ਸਿੰਘ ਕੀ ਹਾਲ ਹੈ ਜੀ? ਮੈਂ ਵੀ ਬਹੁਤ ਚੰਗੇ। ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ? ਹਾਂਜੀ ਪਰਿਵਾਰ ਠੀਕ ਹੈ ਸਾਰਾ? ਬਹੁਤ ਵਧੀਆ। ਅੱਜ ਬੜੇ ਚਿਹਰਾਂ ਤੋਂ ਮਿਲੇ ਆ ਤੁਸੀਂ ਕਿ ਤੁਹਾਨੂੰ ਕੋਈ ਸਾਨੂੰ ਗੁਰੂ ਘਰ ਦੀ ਗੱਲ ਸੁਣਾਓ। ਗੁਰੂ ਘਰ ਦੀ ਦੋ ਪਿਓ ਪੁੱਤ ਸੀਗੇ। ਹਾਂਜੀ ਸਮਰ ਤੇ ਮੂਸਾ। ਹਾਂਜੀ ਹਾਂਜੀ। ਉਹਨਾਂ ਨੇ ਮਨ ਦੇ ਵਿੱਚ ਉਹਨਾਂ ਦੇ ਗੁਰੂ ਪ੍ਰਥਾ ਬੜੀ ਸ਼ਰਧਾ ਮਤਲਬ ਭਾਵਨਾ ਸੀ ਉਹਨਾਂ ਦੇ ਅੰਦਰ। ਹਾਂਜੀ ਹਾਂਜੀ। ਉਹਨਾਂ ਨੇ ਇੱਕ ਦਿਨ ਸੋਚਿਆ ਵੀ ਲੋਕੀ ਮਤਲਬ ਗੁਰੂ ਨੂੰ ਲੰਗਰ ਕਰਦੇ ਆ। ਹਾਂਜੀ। ਅਤੇ ਆਪਾਂ ਵੀ ਗੁਰੂ ਨੂੰ ਮਤਲਬ ਲੰਗਰ ਛਕਾਈਏ। ਹਾਂਜੀ ਹਾਂਜੀ। ਉਹਨਾਂ ਨੂੰ ਕਹਿੰਦਾ ਪੁੱਤ ਕਰ ਗਏ ਆਪਾਂ ਜੇ ਲੰਗਰ ਛਕਾਉਣਾ ਹੀ ਆ ਨਾ ਅਤੇ ਆਪਾਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਅੱਛਾ। ਉਹਨਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ। ਜਦੋਂ ਪੈਸੇ ਇਕੱਠੇ ਹੋ ਗਏ ਨਾ ਲੰਗਰ ਜੋ ਗਏ। ਹਾਂਜੀ। ਅਤੇ ਦੋਨੇ ਪਿਓ ਪੁੱਤਰ ਬਿਮਾਰ ਹੋ ਗਏ। ਜਦੋਂ ਬਿਮਾਰ ਹੋ ਗਏ ਨਾ ਉਹਨਾਂ ਨੇ ਸੋਚਿਆ ਵੀ ਆਪਾਂ ਗੁਰੂ ਨੂੰ ਲੰਗਰ ਕਰਨਾ ਸੀਗਾ। ਹਾਂਜੀ। ਆਪਾਂ ਦੋਨੇ ਪੋਪੇ ਪਿਓ ਪੁੱਤਰ ਬਿਮਾਰ ਹੋ ਗਏ ਹਾਂ। ਪੈਸੇ ਜਿਹੜੇ ਸਾਰੇ ਸੀ ਉਹ ਬਿਮਾਰੀ 'ਤੇ ਲੱਗ ਗਏ। ਹਾਂਜੀ। ਉਹ ਕੀ ਹੋਇਆ ਉਹਨਾਂ ਨੇ ਸੋਚਿਆ ਵੀ ਆਪਾਂ ਸੇਠ ਕੋਲ ਚੱਲਦੇ ਹਾਂ। ਹਾਂਜੀ। ਵੀ ਸੇਠ ਤੋਂ ਆਪਾਂ ਵਿਆਜ 'ਤੇ ਲਿਖਾ ਦਿੰਦੇ ਹਾਂ ਬਈ ਤਾਂ ਲਿਖ ਲੂਗਾ ਉਹ ਅਤੇ ਆਪਾਂ ਮੁੜ ਕੇ ਬਾਅਦ 'ਚ ਮੋੜ ਦਿਆਂਗੇ। ਠੀਕ ਹੈ ਜੀ। ਵੀ ਆਪਾਂ ਕਿਹੜਾ ਨਾ ਕੋਈ ਠੱਗੀ ਬਈ ਮਾਰਨੀ ਹੈ ਆਪਾਂ ਗੁਰੂ ਨੂੰ ਲੰਗਰ ਕਰਨਾ ਅਤੇ ਆਪਾਂ ਬਾਅਦ 'ਚ ਪੈਸੇ ਮੋੜ ਦਿਆਂਗੇ। ਹਾਂਜੀ। ਉਹਨਾਂ ਨੇ ਸੋਚ ਕੇ ਅਤੇ ਸੇਠ ਕੋਲ ਗਏ ਤਾਂ ਉਹਨਾਂ ਨੇ ਜਾ ਕੇ ਅਤੇ ਬਈ ਤਾਂ ਪੈਸੇ ਲਿਖਾ ਦਿੱਤੇ। ਉਹ ਕਹਿੰਦਾ ਵੀ ਇੰਨੇ ਕੁ ਪੈਸਿਆਂ ਦਾ ਮਤਲਬ ਤੁਹਾਡਾ ਖਰਚ ਆਊਗਾ ਅਤੇ ਉਹਨਾਂ ਨੇ ਲਿਖ ਲਏ ਪੈਸੇ ਲਿਖ ਲਏ। ਜਦੋਂ ਪੈਸੇ ਲਿਖ ਲਏ ਉਹਨਾਂ ਨੇ ਤਾਂ ਸੌਦੇ ਦੀ ਤਿਆਰੀ ਹੋ ਗਈ ਲਿਆਉਣ ਦੀ। ਹਾਂਜੀ। ਵੀ ਲੰਗਰ ਆਪਾਂ ਕਰਨਾ ਅਤੇ ਸੌਦੇ ਆਪਾਂ ਲਿਆਉਣਾ ਜਾ ਕੇ। ਉਹਦੇ ਵਿੱਚ ਕੀ ਹੋਇਆ ਇੱਕ ਇਹੋ ਜਿਹਾ ਬੰਦਾ ਆਇਆ ਵਿੱਚ ਚੁਗਲਖੋਰ। ਹਾਂਜੀ। ਉਹਨੇ ਜਾ ਕੇ ਉਹਨਾਂ ਨੂੰ ਕਹਿ ਤਾ ਵੀ ਤੁਸੀਂ ਉਹਨਾਂ ਨੂੰ ਵੀ ਸਮਾਨ ਨਾ ਦਿਆ ਜੋ ਇਹ ਤੁਹਾਡੇ ਪੈਸੇ ਨਹੀਂ ਇਹਨਾਂ ਨੇ ਦੇਣੇ। ਅੱਛਾ। ਉਹ ਮਾਰੇ ਦੇ ਉਹ ਮੁੱਕਰ ਗਿਆ। ਹਾਂਜੀ। ਵੀ ਮੈਂ ਤਾਂ ਸੌਦਾ ਨਹੀਂ ਦਿੰਦਾ ਪੈਸੇ ਲਿਆਓ ਤਾਂ ਮੈਂ ਦਿਉਂ। ਹਾਂਜੀ। ਹੁਣ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਸੀ ਬਈ ਤਾਂ ਲਿਖਾਏ ਨੇ। ਹਾਂਜੀ। ਵਿੱਚ ਝੂਠ ਵੀ ਹੈਗਾ ਵੀ ਬਈ ਬਈ ਤਾਂ ਆਪਾਂ ਲਿਖਾਏ ਆ ਪੈਸੇ। ਹਾਂ ਵੀ ਜ਼ਿਆਦਾ ਲਿਖਾਉਂਦੇ ਨਾ ਉਹ। ਹਾਂਜੀ। ਠੀਕ ਹੈ ਜੀ। ਉਹ ਪੈਸੇ ਲਿਖਾਏ ਅਤੇ ਯਾਰ ਆਪਾਂ ਸੌਦਾ ਤਾਂ ਲਿਆਵਾਂਗੇ ਆਪਾਂ ਕੁਛ ਜੇ। ਉਹ ਜਦੋਂ ਦਿਨ ਨੇੜੇ ਆ ਗਏ ਦਿਨ ਨੇੜੇ ਜਦੋਂ ਆ ਗਏ ਤਾਂ ਉਹਨਾਂ ਨੇ ਕੀਤਾ ਵੀ ਪੁੱਤਾਂ ਨੇ ਰਾਤ ਨੂੰ ਪਾੜ ਲਾ ਲਿਆ। ਅੱਛਾ। ਜਦੋਂ ਪਾੜ ਲਾ ਲਿਆ ਤਾਂ ਉਹਨਾਂ ਨੇ ਮਤਲਬ ਸੌਦਾ ਪਤਾ ਢੋਣਾ ਸ਼ੁਰੂ ਕਰਤਾ ਘਰੇ ਆਪਦੇ। ਅਤੇ ਨਾਲੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆ ਵੀ ਇਹਨਾਂ ਨੂੰ ਇਹ ਵੀ ਨਾ ਪਤਾ ਲੱਗੇ ਵੀ ਵੀ ਆਪਾਂ ਲੰਗਰ ਛਕਾਉਣਾ ਅਤੇ ਕਿਤੇ ਆਪਾਂ ਕਿਤੇ ਗੁਰੂ ਦੇ ਉੱਤੇ ਦਾਗ ਲਾ ਦਈਏ ਵੀ ਆਪਾਂ ਚੋਰ ਨਾ ਬਣ ਜਾਈਏ ਕਿਤੇ ਵੀ ਫੜੇ ਵੀ ਨਾ ਜਾਈਏ ਵਿੱਚ ਪਾੜ ਦੇ। ਉਹ ਉਹਦਾ ਵੀ ਠੀਕ ਹੈ। ਜਦੋਂ ਉਹਨਾਂ ਨੇ ਮਤਲਬ ਇਹ ਕੰਮ ਕਰ ਲਿਆ ਸ਼ੁਰੂ ਕਰ ਲਿਆ ਅਤੇ ਸਾਰਾ ਸਮਾਨ ਉਹਨਾਂ ਨੇ ਢੋਲਿਆ ਕਰੇ। ਜਦੋਂ ਢੋਲਿਆ ਉਹਨਾਂ ਨੇ ਤਾਂ ਉਹਨਾਂ ਨੇ ਸੋਚਿਆ ਯਾਰ ਨੂਨ ਦੀ ਥੈਲੀ ਰਹਿ ਗਈ ਇੱਕ ਉਹ ਲੈ ਗਈ ਚੱਕ ਨੂਨ ਬਣਾ ਤਾਂ ਗੱਲ ਬਣੀ ਨਹੀਂ। ਉਹ ਜੇ ਨੂਨ ਲੈਣ ਵਾਸਤੇ ਗਏ ਤਾਂ ਜਦੋਂ ਉਤਰੇ ਥੱਲੇ ਅਤੇ ਨੂਨ ਦੀ ਜਿਹੜੀ ਥੈਲੀ ਚੱਕ ਕੇ ਜਦੋਂ ਤਾਂ ਫੋਨ ਲੱਗਾ ਤਾਂ ਥੈਲੀ ਥੱਲੇ ਡਿੱਗ ਪਈ। ਅੱਛਾ। ਜਦੋਂ ਥੈਲੀ ਜਦੋਂ ਥੱਲੇ ਡਿੱਗ ਪਈ ਅਤੇ ਉਹ ਪੀਪੇ 'ਤੇ ਜਾ ਕੇ ਵੱਜੀ ਅਤੇ ਉਹ ਖੜਕਾ ਆਇਆ। ਜਦੋਂ ਖੜਕਾ ਆਇਆ ਤਾਂ ਮਾਜਨ ਉੱਠ ਖੜਿਆ। ਜਦੋਂ ਉੱਠਿਆ ਮਾਜਨ ਉਹਨੇ ਸੋਚਿਆ ਵੀ ਯਾਰ ਖੜਕਾ ਹੋਇਆ ਤਾਂ ਹੋਇਆ ਕਿੱਥੋਂ ਆਏ ਜਦੋਂ ਤਾਂ ਨਿਗਾਹ ਮਾਰੀ ਦੂਜੇ ਆਪਣੇ ਰਿਸ਼ਤੇਦਾਰ ਵਿੱਚ ਅਤੇ ਉੱਥੇ ਬੰਦਾ ਮਤਲਬ ਲੌਂਕੀ ਜਾਵੇ। ਜਦੋਂ ਲੌਂਕੀ ਜਾਵੇ ਤਾਂ ਕੀ ਹੋਇਆ ਤਾਂ ਉਹਨੇ ਜਦੋਂ ਸਿਰ ਬਾਹਰ ਕੱਢਿਆ ਅਤੇ ਮਾਏ ਨੇ ਥੱਲਿਓਂ ਜੱਫਾ ਪਾ ਲਿਆ। ਅੱਛਾ ਜੀ। ਲੱਤਾਂ ਨੂੰ ਮੂਸਨ ਦੇ ਜਦੋਂ ਜੱਫਾ ਪਾ ਲਿਆ ਤਾਂ ਉਹ ਹੁਣ ਉਹਦਾ ਪਿਓ ਉਹਨੂੰ ਬਾਹਰ ਨੂੰ ਖਿੱਚੇ। ਅੱਛਾ। ਉਹ ਜਿਹੜਾ ਸੇਠ ਸੀ ਉਠਾਂ ਨੂੰ ਖਿੱਚੇ। ਹਾਂਜੀ। ਉਹਨੇ ਸੋਚਿਆ ਵੀ ਯਾਰ ਬਾਪੂ ਦਾ ਨਾਮ ਕਰ ਵੀ ਥੱਲੋਂ ਮੈਂ ਫੜਿਆ ਗਿਆ ਅਤੇ ਜੇ ਮੇਰਾ ਮੂੰਹ ਦੱਸ ਗਿਆ ਨਾ ਉਹਨੂੰ ਅਤੇ ਆਪਾਂ ਆਪਣੇ ਗੁਰੂ ਨੂੰ ਦਾਗ ਲਾਉਂਗਾ ਵੀ ਇਹ ਤਾਂ ਲੰਗਰ ਛਕਾਈ ਜਾਂਦੇ ਅਤੇ ਕਰੀ ਜਾਂਦੇ ਚੋਰੀਆਂ। ਉਹਨਾਂ ਨੇ ਕੀ ਕੀਤਾ ਨਾ ਉਹਦਾ ਬਾਪੂ ਆਊਗਾ ਉਹਦਾ ਕਿਰਪਾਨ ਮਾਰ ਦੇ ਸਿਰ ਵੱਢ ਲੈਂਦਾ। ਜਦੋਂ ਉਹਨੇ ਇੰਨੀ ਗੱਲ ਕਹੀ ਉਹਦਾ ਬਾਪੂ ਛੇਦੀ ਕਰ ਜੇ ਉਹਦਾ ਸਿਰ ਨੂੰ ਪਤਾ ਲੱਗਿਆ ਨਾ ਵੀ ਇਹਦਾ ਮੂਸਣ ਹੈ ਅਤੇ ਕੰਮ ਕਰ ਤੋਜੂ। ਉਹਨੇ ਫਿਰ ਕੀਤਾ ਲੈ ਕੇ ਰੱਬ ਦਾ ਨਾਮ ਕਿਰਪਾਨ ਮਾਰ ਦੇ ਸਿਰ ਜਿਹੜਾ ਲਾ ਕੇ ਅਤੇ ਚਬਾੜੇ 'ਚ ਲੈ ਗਿਆ। ਜਦੋਂ ਚਬਾੜੇ ਦੇ ਵਿੱਚ ਲੈ ਗਿਆ ਉਹ ਅਤੇ ਜਾ ਕੇ ਉਹਨੇ ਚਬਾੜੇ ਦੇ ਵਿੱਚ ਰੱਖਤਾ। ਜਦੋਂ ਰੱਖਤਾ ਚਬਾੜੇ 'ਤੇ ਜਿਹੜੀ ਲਾਸ਼ ਸੀ ਉਹ ਵਿੱਚ ਡਿੱਗ ਪਈ ਦੁਕਾਨ 'ਚ। ਜੋ ਡਿੱਗੀ ਦੁਕਾਨ ਦੇ ਵਿੱਚ ਅਤੇ ਮਾਜਨ ਦੀ ਮੰਗ ਗਈ ਭਾਰੀ ਵੀ ਕੰਮ ਤਾਂ ਗਲਤ ਹੋ ਗਿਆ ਇਹ ਮੈਂ ਤਾਂ ਪੁਲਿਸ ਫੜ ਕੇ ਲੈ ਜੂੰਗੀ ਵੀ ਉਹ ਬੰਦਾ ਹੋਵੇ ਨਾ ਤਾਂ ਮੁੱਦਾ ਗਾਇਬ ਕਰ ਦੇਈਏ ਹਿਸਾਬ ਨਾਲ। ਉਹਨੇ ਕੀਤਾ ਨਾ ਭੱਜਿਆ ਗਿਆ ਉਹ ਸਾਹਮਣਾ ਨਹੀਂ ਸਾਹਮਣੇ ਉਹਦਾ ਭੱਜ ਕੇ ਆਈ ਜਾਂ ਸਾਡੇ ਘਰੇ ਬਾਹਰ ਡਿੱਗ ਪਈ ਉਹਦਾ ਸਹਿਰੇ ਨਹੀਂਗਾ ਅਤੇ ਉਹਦਾ ਜਿਹੜਾ ਸੌਦਾ ਤੂੰ ਮਿੱਥੇ ਰਹਿਣਾ ਸਾਰਾ ਲੈ ਗਈ ਅਤੇ ਮੇਰਾ ਬਈ ਇਹ ਜਿਹੜਾ ਮੁੱਦਾ ਨਾ ਇਹਨੂੰ ਗਾਇਬ ਕਰਕੇ ਹਿਸਾਬ ਨਾਲ। ਉਹਨੇ ਜਿਵੇਂ ਉਹਨੂੰ ਉੱਥੇ ਉਹਨੂੰ ਤਾਂ ਪਤਾ ਹੀ ਸੀ ਪੁੱਤ ਤਾਂ ਮੇਰਾ ਹੀ ਹੈ। ਜਦੋਂ ਭੱਜਿਆ ਉੱਥੋਂ ਆਇਆ ਅਤੇ ਉਹਨੇ ਲੇਟਿਆ ਮਤਲਬ
ਪੂਰੇ ਚ ਬਲੇਡ ਕੇ ਉਹ ਦੇ ਚੱਕ ਕੇ ਲੈ ਗਿਆ ਕਰਿਆ ਚੱਕ ਕੇ ਲੈ ਗਿਆ ਤੇ ਜਿਹੜੇ ਸਵਾਰੇ ਚ ਉਹਨੇ ਸਿਰ ਰੱਖਿਆ ਸੀਗਾ ਉਸੇ ਸਵਾਰੇ ਚਾਰੇ ਨਾਲ ਸਿਰ ਜੋੜ ਕੇ ਤੇ ਪਾਤਾ ਉਧਰੋਂ ਜਿਹੜੇ ਸੀਗੇ ਸੇਵਾਦਾਰ ਉਹਨਾਂ ਨੇ ਆ ਕੇ ਤੜਕੇ ਸਮਾਨ ਮੰਗਿਆ ਉਹਨੇ ਲਿਆਓ ਭਾਈ ਸਮਾਨ ਤੇ ਆਪਾਂ ਰਾਸ਼ਨ ਹਾਂ ਲੰਗਰ ਤਿਆਰ ਕਰਨਾ ਸ਼ੁਰੂ ਕਰ ਗਏ ਉਹਨੇ ਸਾਰਾ ਸਮਾਨ ਫੜਾਤਾ ਤੇ ਲੰਗਰ ਬਣਾਈ ਗਏ ਉਹ ਉਹਨਾਂ ਨੇ ਮੁਸਲਮਾਨਾਂ ਦੀ ਧਿਆਨ ਹੀ ਨਹੀਂ ਮਾਰੇ ਯਾਰ ਮੁਸਲਮਾਨ ਕਿੱਥੇ ਆ ਉਹਨਾਂ ਨੇ ਧਿਆਨ ਨਹੀਂ ਸੀ ਇਸ ਗੱਲ 'ਚ ਜਦੋਂ 11-12 ਦਾ ਟਾਈਮ ਹੋਇਆ ਲੰਗਰ ਦਾ ਉਦੋਂ ਜਿਹੜੇ ਫਕੀਰ ਹੁੰਦੇ ਸੀਗੇ ਉਦੋਂ 11-12 ਵਜੇ ਤੋਂ ਪਹਿਲਾਂ ਲੰਗਰ ਛਕਦੇ ਨਹੀਂ ਸੀ ਇੱਕ ਟਾਈਮ ਹੀ ਛਕਦੇ ਸੀ ਲੰਗਰ ਜਿਹਨੂੰ ਜਿਹਨਾਂ ਨੂੰ ਆਪਾਂ ਕਹਿੰਦੇ ਵੀ ਇਹ ਅੱਠ ਪੈਰ ਅੱਠੀ ਪੈਰੀ ਅਤੇ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਦੋਂ ਆਏ ਉਹਦੇ ਸਾਹਮਣ ਮੁਸਲ ਕਿੱਥੇ ਹੈ ਆਵਾਜ਼ ਮਾਰਨ ਮਤਲਬ ਜਿਹੜਾ ਸਾਹਮਣ ਸੀਗਾ ਉਹ ਕਹਿੰਦੇ ਮਹਾਰਾਜ ਜੀ ਮੇਰੀ ਆਵਾਜ਼ 'ਤੇ ਉਹ ਨਹੀਂ ਆ ਸਕਦੇ ਬਹੁਤ ਦੂਰ ਹੈ ਅਤੇ ਤੁਸੀਂ ਆਵਾਜ਼ ਮਾਰੋ ਤਾਂ ਉਹ ਆ ਸਕਦੇ ਉਹਨਾਂ ਨੂੰ ਭਰੋਸਾ ਸੀ ਹਾਂ ਸਤਿਗੁਰ ਦੇ ਭਰੋਸਾ ਸੀ ਨਾ ਵਿਸ਼ਵਾਸ ਸੀਗਾ ਜਦੋਂ ਫਿਰ ਉਹਨਾਂ ਨੇ ਆਵਾਜ਼ ਮਾਰੀ ਗੁਰੂਆਂ ਨੇ ਵੀ ਮੁਸਲ ਸਾਡੇ ਹੱਥ ਤੋਂ ਆ ਗਏ ਯਾਰ ਸਾਨੂੰ ਲੰਗਰ ਸਿਖਾ ਤੂੰ ਪਿਆ ਆਰਾਮ ਨਾਲ ਜਦੋਂ ਇੰਨੀ ਗੱਲ ਹੋਈ ਅਤੇ ਪਰਮਾਤਮਾ ਤਾਂ ਸਾਨੂੰ ਜਾਣੀ ਜਾਣ ਹੁੰਦੇ ਆ ਹਾਂਜੀ ਹਾਂਜੀ ਅਤੇ ਜਦੋਂ ਉਹ ਚਬਾਰੇ 'ਚ ਉਤਰੇ ਆਉਣ ਉੱਤੋਂ ਅੱਛਾ ਅਤੇ ਸਾਹਮਣ ਦੇ ਅੱਖਾਂ 'ਚੋਂ ਪਾਣੀ ਨਾ ਮੰਗੇ ਬਰਾਗਦੇ ਵੀ ਯਾਰ ਬਹੁਤ ਇੰਨੇ ਇੰਨੇ ਮਤਲਬ ਦਿਆਲੂ ਫਕੀਰ ਹਾਂਜੀ ਜਦੋਂ ਅੱਖਾਂ 'ਚੋਂ ਉੱਥੇ ਉਹਨਾਂ ਰੁਕ ਨਾ ਅਤੇ ਜਦੋਂ ਆਇਆ ਉਹਨੇ ਅਤੇ ਜਦੋਂ ਆ ਗਏ ਚਰਨਾਂ 'ਤੇ ਹੱਥ ਲਾ ਗਏ ਅੱਛਾ ਅਤੇ ਫਿਰ ਜਦੋਂ ਹੱਥ ਧੋਣ ਲੱਗੇ ਅੱਛਾ ਉਹਦੇ ਮੂਸਨ ਇੰਨੀ ਵਾਰ ਜਾਵੜੇ ਤੂੰ ਅੱਛਾ ਉਹਦਾ ਮਹਾਰਾਜ ਥੋੜ੍ਹੀ ਮਿਹਰ ਹੋ ਗਈ ਹੈ ਅਤੇ ਮੈਂ ਆ ਗਿਆ ਅੱਛਾ ਠੀਕ ਹੈ ਕਿ ਨਹੀਂ ਅਤੇ ਜਿਹੜਾ ਗੁਰੂਆਂ ਦੇ ਦਾਲ ਲੱਗਣ ਤੋਂ ਤੁਸੀਂ ਬਚਾ ਲਿਆ ਬਚਾ ਲਿਆ ਠੀਕ ਹੈ ਕਿ ਨਹੀਂ ਅਤੇ ਮੈਂ ਤੁਹਾਡਾ ਸਾਰੀ ਉਮਰ ਦੇਣਾ ਨਹੀਂ ਦੇ ਸਕਦਾ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਵੀ ਜੇ ਸਤਿਗੁਰ ਹੋਣ ਤਾਂ ਇਹੋ ਜਿਹੀ ਹੋਣ ਵੇਖੋ ਮੋਇਆਂ ਦੇ ਵਿੱਚ ਇੱਕ ਜਾਨ ਪਾਤੀ ਹਾਂ ਜਾਨ ਪਾਤੀ ਉਹਨਾਂ ਨੇ ਪੂਰੇ ਸਤਿਗੁਰ ਦੀ ਨਿਸ਼ਾਨੀ ਆ ਜਾਂਦੀ ਅਤੇ ਬਾਕੀ ਮੈਂ ਜਿਹੜੇ ਸਾਨੂੰ ਵੇਖ ਰਹੇ ਭਰਾ ਹਾਂਜੀ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਹਾਂਜੀ ਵੀ ਸਾਡੇ ਇਸ ਚੈਨਲ ਨੂੰ ਫੋਲੋ ਕਰੋ ਹਾਂਜੀ ਹਾਂਜੀ ਅਤੇ ਲਾਈਕ ਕਰੋ ਅਤੇ ਸ਼ੇਅਰ ਲਾਜ਼ਮੀ ਕਰਦਾ ਜੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।